ਜੇ ਮੈਂ ਨਾ ਕੁੱਟ ਇੰਨੇ ਤਾਂ ਸਾਡੇ ਨਾਲ ਬਸ ਕੁੱਟਮਾਰ ਕਰਦੀ ਸੀ। ਸੁਖਵਿੰਦਰ ਕੌਰ ਆ, ਮੈਨੂੰ ਉਸੇ ਵੇਲੇ ਫੜ ਲਿਆ ਤਾਂ ਬਸ ਸਿੱਟ ਕੇ ਥੱਲੇ, ਉਹ ਤਾਂ ਬਾਹਰ ਸੀਗੇ, ਮੈਨੂੰ ਛਡਾਉਣ ਆਏ ਉਹਨੂੰ ਵੀ ਥੱਲੇ ਸਿੱਟ ਲਿਆ, ਸਿੱਟ ਕੇ ਏਦਾਂ ਅੱਡੀਆਂ ਨਾ ਉਹਦੇ ਦਿਲ ਦੇ ਉੱਪਰ ਮਾਰੀਆਂ। ਉਸੇ ਵੇਲੇ ਮੁੱਕ ਗਿਆ, ਉਸੇ ਵੇਲੇ ਮੁੱਕ ਗਿਆ। ਕਲਯੁਗੀ ਨੌਂ ਨੇ ਲਈ ਸਹੁਰੇ ਦੀ ਬਲੀ। ਰੱਖੜੀਆਂ ਤੋਂ ਦੂਜੇ ਦਿਨ ਹੀ ਘਰ ਦੇ ਵਿੱਚ ਕੋਈ ਕਲੇਸ਼ ਹੁੰਦਾ ਹੈ, ਕਲੇਸ਼ ਨੂੰ ਲੈ ਕੇ ਇੰਨਾ ਕਲੇਸ਼ ਵੱਧ ਜਾਂਦਾ ਕਿ ਹੱਥੋਂ ਪਾਈ ਹੋ ਜਾਂਦੀ ਹੈ। ਸੱਸ ਅਤੇ ਨੌਂ ਦੀ ਲੜਾਈ ਹੁੰਦੀ ਹੈ ਅਤੇ ਸਹੁਰਾ ਛਡਾਉਣ ਜਾਂਦਾ ਹੈ। ਛਡਾਉਣ ਜਾਂਦੇ ਨੂੰ ਅਤੇ ਨੌਂ ਉਸ ਨੂੰ ਫੜ ਕੇ ਧੋ ਲੈਂਦੀ ਹੈ ਅਤੇ ਉਸ ਦੀ ਹੈਕ 'ਤੇ ਅੱਡੀਆਂ ਮਾਰ ਮਾਰ ਕੇ ਇਸ ਤਰ੍ਹਾਂ ਉਸ ਨੂੰ ਖਤਮ ਹੀ ਕਰ ਦਿੰਦੀ ਹੈ। ਅੱਜ ਇਸ ਘਰੇਲੂ ਕਲੇਸ਼ ਦੇ ਵਿੱਚ ਨੌਂ ਸਹੁਰੇ ਨੂੰ ਕੁੱਟ ਕੁੱਟ ਕੇ ਮਾਰ ਦਿੰਦੀ ਹੈ। ਇਹ ਮਾਮਲਾ ਗੜਸ਼ੰਕਰ ਦੇ ਇੱਕ ਸਹਿਲਾ ਕਲਾ ਦਾ ਹੈ, ਜਿੱਥੇ ਇੱਕ ਨੌਂ ਨੇ ਆਪਣੇ ਹੀ ਸਹੁਰੇ ਨੂੰ ਮਾਰ ਮੁਕਾਇਆ ਹੈ, ਕਿਉਂਕਿ ਘਰ ਵਾਲਾ ਬਾਹਰ ਰਹਿੰਦਾ ਸੀ। ਅਤੇ ਆਪਾਂ ਸੁਣਦੇ ਹਾਂ ਇਸ ਭੈਣ ਦੇ ਕੋਲੋਂ ਕਿ ਇਸ ਭੈਣ ਨੇ ਦੱਸਿਆ ਕਿ ਇਸ ਦੇ ਮਾਂ ਪਿਓ ਦੀ ਹਾਲਤ ਕਿਸ ਤਰ੍ਹਾਂ ਦੀ ਸੀ ਉਸ ਦੇ ਨਾਲ, ਅਤੇ ਕੀ ਸਨ ਘਰ ਦੇ ਹਾਲਾਤ, ਕਿਉਂ ਵਾਪਰੀ ਇਹ ਘਟਨਾ, ਸਾਰੀ ਆਪਾਂ ਆਮ ਸਾਰੀ ਕਹਾਣੀ ਸੁਣਦੇ ਹਾਂ। ਐਕਚੁਲੀ ਹੋਇਆ ਕੀ ਹੈ, ਤੰਗ ਬਹੁਤ ਕਰਦੀ ਸੀਗੀ, 2 ਸਾਲ ਹੋਏ ਸੀ ਵਿਆਹ ਨੂੰ। ਅਸੀਂ ਇਹ ਦੋਨੋਂ ਮੇਰੇ ਮਾਂ ਪੇ ਸਿਆਣੇ ਆ, ਇਹਨਾਂ ਨੂੰ ਤੰਗ ਬਹੁਤ ਕਰਦੀ ਸੀਗੀ, ਨਿੱਕੀ ਨਿੱਕੀ ਗੱਲ 'ਤੇ ਝਗੜਾ ਕਰੀ ਜਾਣਾ, ਕੁੱਟਣ ਮਾਰਨ ਪੈਂਦੀ ਸੀ। ਅਸੀਂ ਅੱਗੇ ਵੀ ਕਹਿਣਾ ਵੀ ਚੱਲ ਇਹਨੂੰ ਕਿਤੇ ਇਹਨਾਂ ਤੁਹਾਨੂੰ ਕੁਛ ਕਰੇ, ਸੱਟ ਸੁੱਟ ਨਾ ਲਾ ਦੇਵੇ, ਤੁਹਾਨੂੰ ਚੱਕੂਗਾ ਕੌਣ, ਸਿਆਣੇ ਆ। ਤਾਂ ਉਹਨੇ ਕੋਈ ਸ਼ੱਕ ਨਹੀਂ ਛੱਡੀ। ਅਸੀਂ ਸਵੇਰੇ ਮੈਨੂੰ ਫੋਨ ਆਇਆ, ਮੈਂ ਕਿਹਾ ਡੈਡੀ, ਕਹਿੰਦੇ ਬੋਲਦੀ ਆ, ਮੈਂ ਕਿਹਾ ਤੁਸੀਂ ਨਾ ਬੋਲਿਓ, ਮੈਂ ਇਹੀ ਗੱਲ ਕਹੀ, ਮੈਂ ਕਿਹਾ ਡੈਡੀ ਤੁਸੀਂ ਨਾ ਬੋਲਿਓ, ਕੋਈ ਗੱਲ ਨਹੀਂ ਬੋਲ ਲੈਣ ਤੋਂ। ਸਾਨੂੰ ਇਹ ਥੋੜ੍ਹੀ ਪਤਾ ਸੀ ਕਿ ਸਾਡੇ ਡੈਡੀ ਨੂੰ ਮਾਰ ਦੇਣਾ, ਘਰ ਕੋਈ ਹੋਰ ਹੈ ਵੀ ਨਹੀਂ, ਦੋਵੇਂ ਜਣੇ ਆ। ਇਹ ਲੈ ਕੇ ਘੜੀਸ ਕੇ ਲੈ ਗਈ ਮੇਰੀ ਮਾਂ ਨੂੰ, ਮੇਰਾ ਡੈਡੀ ਬਾਹਰ ਬੈਠਾ ਸੀਗਾ, ਉਹ ਛਡਾਉਣ ਆਇਆ, ਬਸ ਦੋਹਾਂ ਨੂੰ ਢਾ ਲਿਆ, ਢਾ ਕੇ ਇੰਨਾ ਕੁੱਟਿਆ ਉਹਨੂੰ, ਬਸ ਉਹ ਬੋਲਿਆ ਹੀ ਨਹੀਂ, ਮੁੜ ਕੇ ਹੈ ਹੀ ਨਹੀਂ ਸੀ, ਉਹਦੇ ਵਿੱਚ ਕੁਛ ਨਹੀਂ ਸੀਗਾ, ਉਹਦੇ 'ਚ ਕੁਛ ਨਹੀਂ ਰਿਹਾ। ਉਸ ਵੇਲੇ ਲੈ ਕੇ ਗਏ ਆ, ਉੱਥੇ ਡੈਡ ਕਰ ਦਿੱਤਾ ਉਹਨਾਂ ਨੇ, ਕਰਾਰ ਦੇ ਦਿੱਤਾ। ਜਦੋਂ ਉਸ ਤੋਂ ਬਾਅਦ ਅਸੀਂ ਆਏ ਵੀ ਹਾਂ, ਡੈਡੀ ਮੇਰਾ ਆਇਆ ਸੀ, ਉਸ ਤੋਂ ਬਾਅਦ ਆਈਆਂ, ਆ ਕੇ ਦੋਹਾਂ ਹੱਥ ਨਾਲ ਸ਼ੀਸ਼ਾ ਭੰਨ ਕੇ, ਸ਼ੀਸ਼ਾ ਹੱਥ ਵਿੱਚ ਫੜ ਕੇ ਕਹਿੰਦੀ ਤੁਹਾਨੂੰ ਮਾਰ ਦੇਣਾ ਚਾਹੇ ਮੈਂ ਮਰ ਜਾਣਾ। ਉਸ ਵੇਲੇ ਵੀ ਇਹੀ ਕੁਛ ਕੀਤਾ, ਸਾਰਾ ਪਿੰਡ ਖੜਾ ਸੀ ਉਸ ਵੇਲੇ। ਹਾਂਜੀ, ਉਹ ਗ੍ਰੀਸ ਵਿੱਚ ਰਹਿੰਦਾ ਸਾਡਾ ਭਰਾ ਰਵਿੰਦਰ। ਹਾਂਜੀ ਪਤਾ ਹੈ ਉਹਨਾਂ ਨੂੰ, ਥੋੜ੍ਹਾ ਜਿਹਾ ਪਹਿਲਾਂ ਮੁੰਡੇ ਪਿੱਛੇ ਲੜਾਈ ਹੁੰਦੀ ਸੀ, ਜਦੋਂ ਵੀ ਹੁੰਦੀ ਸੀਗੀ ਸਾਡੇ ਡੈਡੀ ਨੇ ਕਹਿਣਾ ਵੀ ਤੂੰ ਮੁੰਡੇ ਨਾ ਕੁੱਟ, ਜਦੋਂ ਖਿੱਝ ਜਾਂਦੀ ਸੀ ਉਦੇ ਖਿਜੀ ਰਹਿੰਦੀ ਹੁੰਦੀ ਸੀ, ਕੁੱਟਦੀ ਰਹਿੰਦੀ ਹੁੰਦੀ ਸੀ ਮੁੰਡੇ ਨੂੰ। 1.5 ਸਾਲ ਦਾ ਕਾਕਾ ਆ, ਇਹਨੂੰ ਵੀ ਕਹਿੰਦੀ ਮਾਰ ਦੇਣਾ ਆ। ਡੈਡੀ ਮੇਰੇ ਦੀ 75 ਸਾਲ ਦੇ ਕਰੀਬ ਸੀਗੇ। ਹਾਂਜੀ ਸਿਆਣੇ ਸੀਗੇ, ਹੁਣ ਨਹੀਂ, ਬਿਮਾਰ ਵੀ ਸੀ ਉਦਾਂ ਤੇ ਠੀਕ ਸੀ, ਦਵਾਈਆਂ ਚੱਲਦੀਆਂ ਸੀ ਸਿਆਣਿਆਂ ਦੀ, ਹੁਣ ਸਾਰਿਆਂ ਦੀਆਂ ਚੱਲਦੀਆਂ ਦਵਾਈਆਂ ਤਾਂ। ਹਾਂਜੀ ਸਾਰਿਆਂ ਨੂੰ ਲੈਣੀਆਂ ਪੈਂਦੀਆਂ ਆ, ਪਰ ਉਹ ਤਾਂ ਘੜੀ 'ਚ ਮਾਰ ਕੇ ਮੁਕਾ ਕੇ ਕੰਮ ਨਿਬੇੜਤਾ, ਮਾਂ ਸਾਡੀ ਬਚ ਕੇ ਖਰੇ, ਇਹਨੂੰ ਨਹੀਂ ਕਿਤੇ ਮਾਰਤਾ ਉਹਨੇ। ਤੁਸੀਂ ਕੀ ਚਾਹੁੰਦੇ ਹੁਣ? ਅਸੀਂ ਇਨਸਾਫ ਚਾਹੁੰਦੇ ਆ, ਸਾਡੇ ਡੈਡੀ ਦਾ ਇਨਸਾਫ ਜ਼ਰੂਰ ਹੋਣਾ ਚਾਹੀਦਾ ਆ, ਹੈ ਮੇਰੇ ਪੇਰਾ ਇਨਸਾਫ ਮੈਨੂੰ ਮਿਲਣਾ ਚਾਹੀਦਾ ਆ। ਹਾਂ ਬਸ ਸਾਨੂੰ ਇਨਸਾਫ ਦਿਓ ਪ੍ਰਸ਼ਾਸਨ ਅੱਗੇ, ਇਹੀ ਸਾਡੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ। ਗੱਲ ਕਾਕੇ ਪਿੱਛੇ ਛੋਟੇ ਪਿੱਛੇ, ਬਸ ਉਹਨੂੰ ਜੇ ਅਸੀਂ ਕਹਿ ਦਈਏ ਵੀ ਨਾ ਕੁੱਟ, ਇੰਨੇ ਤਾਂ ਸਾਡੇ ਨਾਲ ਬਸ ਕੁੱਟਮਾਰ ਕਰਦੀ ਸੀ। ਸੁਖਵਿੰਦਰ ਕੌਰ ਆ, ਮੈਨੂੰ ਉਸੇ ਵੇਲੇ ਫੜ ਲਿਆ ਤਾਂ ਬਸ ਸਿੱਟ ਕੇ ਥੱਲੇ, ਉਹ ਤਾਂ ਬਾਹਰ ਸੀਗੇ, ਮੈਨੂੰ ਛਡਾਉਣ ਆਏ ਉਹਨੂੰ ਵੀ ਥੱਲੇ ਸਿੱਟ ਲਿਆ, ਸਿੱਟ ਕੇ ਏਦਾਂ ਅੱਡੀਆਂ ਨਾ ਉਹਦੇ ਦਿਲ ਦੇ ਉੱਪਰ ਮਾਰੀਆਂ। ਉਸੇ ਵੇਲੇ ਮੁੱਕ ਗਿਆ, ਉਸੇ ਵੇਲੇ ਮੁੱਕ ਗਿਆ, ਮੁੜ ਕੇ ਬੋਲਿਆ ਹੀ ਸੋਹਣ ਸਿੰਘ ਨਾ, ਉਹਦਾ ਦਵਾਈ ਚੱਲਦੀ ਸੀ ਪਰ ਸੋਹਣ ਠੀਕ ਸੀ। ਸਹੁਰੇ ਦਾ ਜਿਹੜਾ ਇਹਨਾਂ ਦੇ ਆਪਸ ਵਿੱਚ ਝਗੜਾ ਹੋਇਆ ਉਹਦੇ 'ਚ ਉਹ ਸੱਸ ਅਤੇ ਸਹੁਰੇ ਦਾ ਜਿਹੜਾ ਇਹਨਾਂ ਦੇ ਆਪਸ ਵਿੱਚ ਫੁੱਟ ਟੱਪਾ ਹੋਇਆ ਜਿਹੜਾ ਉਹਦੀ ਨੂੰਹ ਨੇ ਉਹਦੀ ਸੱਸ ਨੇ ਬੜਾ ਮਾਰ ਪਿਆ ਸੀਗੇ ਅਜੇ ਉਹ ਕੁੱਟ ਰਹੀ ਸੀਗੀ ਉਹ ਤੋਂ ਬਾ
ਅਸੀਂ ਮੁਕਤ ਕਰੇ ਹਾਂ ਜੋ ਇਹਨਾਂ ਦੇ ਬਿਆਨ ਲੈ ਜਾ ਰਹੇ ਜੇ ਬਿਆਨਾਂ ਦਾ ਜੋ ਕਾਰਵਾਈ ਹੋਣੀ।
ਕਰੀਏ ਵੀ ਨਾ ਕੁੱਟ, ਇੰਨੇ ਤਾਂ ਸਾਡੇ ਨਾਲ ਬਸ ਕੁੱਟਮਾਰ ਕਰਦੀ ਸੀ। ਸੁਖਵਿੰਦਰ ਕੌਰ ਆ, ਮੈਨੂੰ ਉਸ ਵੇਲੇ ਫੜ ਲਿਆ ਤਾਂ ਬਸ ਸੱਟ ਸਿੱਟ ਕੇ ਥੱਲੇ, ਉਹ ਤਾਂ ਬਾਹਰ ਸੀਗੇ, ਮੈਨੂੰ ਛਡਾਉਣ ਆਏ ਉਹਨੂੰ ਵੀ ਥੱਲੇ ਸਿੱਟ ਲਿਆ, ਸਿੱਟ ਕੇ ਇੱਦਾਂ ਅੱਡੀਆਂ ਨਾ ਉਹਦੇ ਦਿਲ ਦੇ ਉੱਪਰ ਮਾਰੀਆਂ। ਉਸ ਵੇਲੇ ਮੁੱਕ ਗਿਆ, ਉਸ ਵੇਲੇ ਮੁੱਕ ਗਿਆ।